ਟੈਲੀਵਿਜ਼ਨ ਸੁਰਸਾਗਰ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਯਾਨੀ ਕਿ ਪਰਮਜੀਤ ਹੰਸ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ ਅਤੇ ਆਦਾਬ। ਦੋਸਤੋ, ਪ੍ਰੋਗਰਾਮ ਰੌਣਕ ਮੇਲਾ ਲੈ ਕੇ ਹਾਜ਼ਰ ਹਾਂ ਔਰ ਤੁਸੀਂ ਜਾਣਦੇ ਹੋ ਕਿ ਪ੍ਰੋਗਰਾਮ ਰੌਣਕ ਮੇਲਾ ਹੁਣ ਹਰ ਸ਼ੁੱਕਰਵਾਰ ਨੂੰ 7:30 ਵਜੇ ਤੋਂ ਲੈ ਕੇ 8 ਵਜੇ ਤੱਕ ਤੁਸੀਂ ਮਾਣਦੇ ਹੋ। ਮੈਂ ਕੋਸ਼ਿਸ਼ ਕਰਦਾ ਹਰ ਐਪੀਸੋਡ ਦੇ ਵਿੱਚ ਕੁਛ ਨਾ ਕੁਛ ਨਵਾਂ ਜਾਂ ਕੁਛ ਨਾ ਕੁਛ ਬਹੁਤ ਪੁਰਾਣਾ, ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਤੁਹਾਨੂੰ ਕੁਛ ਆਪਣੀ ਪਸੰਦ ਦਾ ਕਲਾਕਾਰ ਲੈ ਕੇ ਆਉਣਾ ਜਾਂ ਆਪਣੀ ਪਸੰਦ ਦਾ ਕੋਈ ਗੀਤ ਸੰਗੀਤ ਤੁਹਾਡਾ ਸਾਂਝਾ ਕਰਦਾ, ਤੁਸੀਂ ਮੇਰੇ ਤੋਂ ਵੀ ਜ਼ਿਆਦਾ ਉਸ ਨੂੰ ਪਿਆਰ ਦਿੰਦੇ ਹੋ ਔਰ ਮੇਰਾ ਹੌਸਲਾ ਵੱਧ, ਔਰ ਫਿਰ ਮੈਂ ਲੱਭ ਲੱਭ ਕੇ ਬਹੁਤ ਐਸੀਆਂ ਐਸੀਆਂ ਚੀਜ਼ਾਂ ਸੁਣਾਉਂਦਾ ਤੁਹਾਨੂੰ। ਐਕਚੁਲੀ ਇਹ ਰਿਸਕੀ ਕੰਮ ਹੁੰਦਾ ਕਿ ਇਹੋ ਜਿਹੇ ਇੰਟਰਟੇਨਮੈਂਟ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੋ ਜਿਹੀਆਂ ਚੀਜ਼ਾਂ ਮੈਂ ਕਈ ਵਾਰੀ ਸੁਣਾ ਦਿੰਦਾ, ਹੁੰਦਾ ਤਾਂ ਰਿਸਕ ਆ ਪਰ ਤੁਹਾਡਾ ਪਿਆਰ, ਤੁਹਾਡੀ ਮੁਹੱਬਤ ਇੰਨਾ ਮਿਲਦਾ, ਫਿਰ ਮੈਨੂੰ ਲੱਗਦਾ ਹੁੰਦਾ ਕਿ ਤੁਸੀਂ ਇਹਨਾਂ ਚੀਜ਼ਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਹੋ। ਸੋ ਮੈਂ ਜਦੋਂ ਵੀ ਕੋਈ ਸਾਡੇ ਇੱਥੇ ਟੋਰਾਂਟੋ ਦੇ ਵਿੱਚ ਸਪੈਸ਼ਲੀ ਕੋਈ ਕਲਾਕਾਰ ਆਉਂਦਾ, ਉਹਨਾਂ ਦਾ ਇੰਟਰਵਿਊ ਕਰਕੇ ਮੈਨੂੰ ਬੜਾ ਚੰਗਾ ਲੱਗਦਾ, ਪਰ ਮੈਂ ਕਲਾਕਾਰ ਉਸੇ ਦਾ ਇੰਟਰਵਿਊ ਕਰਦਾ ਹੁੰਦਾ ਜਿਹੜਾ ਮੈਨੂੰ ਚੰਗਾ ਲੱਗੇ ਹੁੰਦਾ, ਇਹਨਾਂ ਦਾ ਗਾਣਾ ਜਿਹਨਾਂ ਨੂੰ ਮੈਂ ਸੁਣਦਾ, ਜਿਹਨਾਂ ਨੂੰ ਥੋੜ੍ਹਾ ਵਾਕਈ ਗਾਣੇ ਤੋਂ ਲੱਗੇ ਕਿ ਇਹਨਾਂ ਨੇ ਸਿੱਖਿਆ ਹੋਇਆ ਜਾਂ ਬਹੁਤ ਜ਼ਿਆਦਾ ਗੋਡ ਗਿਫਟਡ ਹੈਗਾ, ਕਿਉਂਕਿ ਗਾਣਾ ਗਾਈ ਤਾਂ ਅੱਜ ਕੱਲ੍ਹ ਸਾਰੇ ਜਾਂਦੇ ਨੇ, ਹਰ ਬੰਦਾ ਗਾਈ ਜਾਂਦਾ, ਅਤੇ ਪਰ ਗਾਣਾ ਅਸਲ ਗਾਣਾ ਕੀ ਹੈ ਇਹ ਤੁਹਾਨੂੰ ਅੱਜ ਦੀ ਇੰਟਰਵਿਊ ਵਿੱਚ ਵੀ ਦਿਖਾਵਾਂਗਾ। ਬਹੁਤ ਵਧੀਆ ਇੱਕ ਸਾਡੇ ਅੰਮ੍ਰਿਤਸਰ ਪੰਜਾਬ ਤੋਂ ਬਹੁਤ ਵਧੀਆ ਅੱਜ ਕਲਾਕਾਰ ਨੇ, ਐਕਚੁਲੀ ਸੰਗੀਤ ਜਿਹੜਾ ਗਾਉਂਦਾ ਹੈ, ਕੁਛ ਇੰਸਟਰੂਮੈਂਟ ਵਜਾਉਂਦਾ ਹੈ, ਉਹ ਕਲਾਕਾਰ ਹੀ ਹੁੰਦਾ, ਬੇਸ਼ੱਕ ਉਹ ਕਮਰਸ਼ੀਅਲ ਹੋਵੇ, ਬੇਸ਼ੱਕ ਉਹ ਕੀਰਤਨ ਕਰਦਾ ਹੋਵੇ, ਬੇਸ਼ੱਕ ਉਹ ਭਜਨ ਗਾਉਂਦਾ ਹੋਵੇ, ਉਹ ਇੱਕ ਕਲਾ ਹੀ ਹੁੰਦੀ ਹੈ। ਸੋ ਇੱਕ ਬਹੁਤ ਬਿਹਤਰੀਨ ਕਲਾਕਾਰ ਸਾਡੇ ਸ਼ਹਿਰ ਦੇ ਵਿੱਚ ਆਏ ਹੋਏ ਨੇ, ਐਕਚੁਲੀ ਉਹ ਕੀਰਤਨ ਕਰਦੇ ਨੇ, ਇੱਕ ਪੂਰੇ ਜਥੇ ਦੇ ਨਾਲ ਸਾਡੇ ਸ਼ਹਿਰ ਦੇ ਵਿੱਚ ਆਏ ਹੋਏ ਨੇ, ਅਲੱਗ ਅਲੱਗ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰੀਆਂ ਦੇ ਰਹੇ ਨੇ, ਪਰ ਉਹਨਾਂ ਦਾ ਥੋੜ੍ਹਾ ਜਿਹਾ ਮੈਂ ਗਾਣਾ ਸੁਣਿਆ ਸੀ ਅਤੇ ਮੈਨੂੰ ਬਹੁਤ ਵਧੀਆ ਲੱਗਾ। ਸੋ ਦੋਸਤੋ, ਮੇਰੇ ਬਹੁਤ ਪਿਆਰੇ ਮਿੱਤਰ ਨੇ, ਤੁਸੀਂ ਬਹੁਤ ਵਾਰੀ ਸੁਰਸਾਗਰ ਟੈਲੀਵਿਜ਼ਨ 'ਤੇ ਨਾਲ ਦੇਖਿਆ ਹਰਜਿੰਦਰ ਸਿੰਘ ਮੁਕਤਸਰੀ ਸਾਹਿਬ, ਯੂਟਿਊਬ 'ਤੇ ਵੀ ਤੁਸੀਂ ਦੇਖਦੇ ਰਹਿੰਦੇ ਹੋ, ਫੇਸਬੁੱਕ 'ਤੇ ਵੀ, ਟੈਲੀਵਿਜ਼ਨ 'ਤੇ ਵੀ, ਕਿਉਂਕਿ ਆਪਣੇ ਕੰਮ ਦੇ ਇਹ ਲਾਜਵਾਬ ਆਰਟਿਸਟ ਨੇ। ਬਹੁਤ ਵਧੀਆ ਤਬਲਾ ਨਵਾਜ਼ ਨੇ, ਉਸਤਾਦ ਤਾਰੀ ਖਾਨ ਸਾਹਿਬ ਦੇ ਸ਼ਾਗਿਰਦ ਨੇ, ਇਹਨਾਂ ਦੇ ਕੰਮ ਨੂੰ ਤੁਸੀਂ ਬਹੁਤ ਸੁਣਿਆ, ਅੱਜ ਵੀ ਤੁਸੀਂ ਇਹਨਾਂ ਦੇ ਕੰਮ ਤੋਂ ਅੰਦਾਜ਼ਾ ਲਾ ਸਕਦੇ ਹੋ। ਫਿਰ ਮੈਂ ਇਹਨਾਂ ਨਾਲ ਗੱਲ ਕੀਤੀ ਕਿ ਯਾਰ ਇੱਦਾਂ ਇੱਦਾਂ ਮੁੰਡਾ, ਮੈਂ ਬਹੁਤ ਛੋਟੀ ਉਮਰ ਦਾ ਬੜਾ ਸੁਰੀਲਾ ਕੀਰਤਨ ਕਰਦਾ, ਕਿਉਂਕਿ ਇਹ ਕੀਰਤਨ ਇਹਨਾਂ ਦਾ ਆਪਣਾ ਕੀਰਤਨੀ ਜੱਥਾ ਔਰ ਗੁਰਦੁਆਰਿਆਂ ਵਿੱਚ ਵਿਚਰਦੇ ਨੇ, ਸੋ ਮੈਨੂੰ ਪਤਾ ਸੀ ਇਹਨਾਂ ਕੋਲੋਂ ਪਤਾ ਲੱਗ ਸਕਦਾ। ਸੋ ਫਿਰ ਉਹਨਾਂ ਦੱਸਿਆ ਕਿ ਹਾਂ ਮੈਂ ਜਾਣਦਾ ਇਹਨਾਂ ਨੇ ਲੱਭਿਆ ਕਿਸ ਤਰ੍ਹਾਂ, ਅਤੇ ਅੱਜ ਫਿਰ ਉਹਨਾਂ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ, ਵਰਿੰਦਰ ਭਾਈ ਵਰਿੰਦਰ ਸਿੰਘ ਜੀ। ਭਾਈ ਵਰਿੰਦਰ ਸਿੰਘ ਜੀ ਬਹੁਤ ਛੋਟੀ ਉਮਰ ਦੇ ਕੀਰਤਨੀਏ ਨੇ, ਇਹਨਾਂ ਦੇ ਨਾਲ ਬਹੁਤ ਸਾਰੀ ਇਹਨਾਂ ਦੀ ਪਰਸਨਲ ਜ਼ਿੰਦਗੀ ਬਾਰੇ ਗੱਲਬਾਤ ਕਰਾਂਗੇ, ਇਹਨਾਂ ਦੀ ਮਿਊਜ਼ੀਕਲ ਜ਼ਿੰਦਗੀ ਬਾਰੇ, ਪਰ ਪ੍ਰੋਗਰਾਮ ਦੇ ਸ਼ੁਰੂ ਵਿੱਚ ਅਸੀਂ ਉਹਨਾਂ ਤੋਂ ਇੱਕ ਸ਼ਬਦ ਸੁਣਿਆ, ਕਿਉਂਕਿ ਬੇਸਿਕਲੀ ਉਹ ਕੀਰਤਨੀਏ ਨੇ, ਪਰ ਜਿਵੇਂ ਮੈਂ ਪਹਿਲਾਂ ਕਿਹਾ ਕਿ ਸੰਗੀਤ ਤਾਂ ਸੰਗੀਤ ਹੈ, ਉਹ ਹਰ ਤਰ੍ਹਾਂ ਦਾ ਕੰਮ ਕਰਦੇ ਨੇ, ਪਰ ਉਹਨਾਂ ਦੀ ਲਗਨ, ਉਹਨਾਂ ਨੇ ਆਪਣੇ ਆਪ ਨੂੰ ਡੈਡੀਕੇਟ ਕੀਤਾ ਹੋਇਆ ਕੀਰਤਨ ਦੇ ਨਾਲ। ਸੋ ਮੈਂ ਕੋਸ਼ਿਸ਼ ਕਰਾਂਗਾ, ਜੇਕਰ ਉਹਨਾਂ ਨੇ ਕੁਝ ਚਾਹਿਆ ਕਿ ਕੀਰਤਨ ਤੋਂ ਇਲਾਵਾ ਕੁਝ ਇੱਕ ਦੋ ਬੰਦਿਸ਼ਾਂ, ਇੱਕ ਦੋ ਗਜ਼ਲਾਂ ਉਹਨਾਂ ਕੋਲ ਜ਼ਰੂਰ ਸੁਣਾਂਗੇ, ਪਰ ਸ਼ੁਰੂਆਤ ਕਰਦੇ ਹਾਂ ਉਹਨਾਂ ਦੇ ਬਹੁਤ ਹੀ ਵਧੀਆ ਇੱਕ ਸ਼ਬਦ ਦੇ ਨਾਲ, ਔਰ ਉਸ ਤੋਂ ਬਾਅਦ ਤੁਹਾਨੂੰ ਉਹਨਾਂ ਦੇ ਰੂਬਰੂ ਕਰਾਂਗੇ, ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਅੱਜ ਕੌਣ ਕਲਾਕਾਰ ਸਾਡੇ ਸਟੂਡੀਓ ਵਿੱਚ ਨੇ। ਅਤੇ ਲਓ ਫਿਰ ਉਹ ਸੱਚੇ ਪਾਤਸ਼ਾਹ ਦਾ ਨਾਮ ਲੈਂਦੇ ਹਾਂ ਔਰ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਰੌਣਕ ਮੇਲਾ ਦੇ ਇੱਕ ਬਹੁਤ ਖੂਬਸੂਰਤ ਸ਼ਬਦ ਦੇ ਨਾਲ। ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਦਰਸ਼ਨ ਕੋ ਬਲ ਜਾਓ, ਗੁਰ ਜੀ ਕੇ ਦਰਸ਼ਨ ਕੋ ਬਲ ਜਾਓ, ਦਰਸ਼ਨ ਕੋ ਬਲ ਜਾਓ, ਜਪ ਜਪ ਜੀਵਾ ਪਾਰ ਪੂਰਨ
कर कृपा लाभो तेरी सेव जप जप जीवा सतगुर नाओ जीवा सतगुर नाओ जीवा सतगुर नाओ गुर जी के दर्शन का बल जा दोस्तों बहुत सारे इंटरव्यू किए ने ऐसी स्टेशन ते ऐसी स्टूडियो दे विच पर एक मैं अक्सर कहिंदा हुंना जदों मैं गुरुद्वारा साहब भी जाना कि एक ते रब दा नाम होवे ते एक इहो जिहा सुरीला होवे वो फिर सोने ते सुहागे वाली गल हुंदी है क्योंकि इन्हां दी ड्यूटी परमात्मा ने इन्नी सोहणी लाई है और कमाल तुसीं शब्द सुनिया या मैनू परसनली मैनू बड़ा सुकून आया सुन के और मैं जदों भी गुरुद्वारे जाना मैं जदों कोई इहो जिहा कीर्तन या गाउंदा हुंदा तां फिर मैं उठदा नहीं हुंदा क्योंकि जिहड़ा म्यूजिक नाल रिलेटड बंदा होवे म्यूजिक नूं समझदा होवे उहनूं रब दे नाम लैंदिआं ने थोड़ा सुरीला काम होवे तां फिर बहुत ज़्यादा मज़ा आउंदा सो मैनू अज परसनली बड़ा चंगा लग रिहा और इस इन्नी छोटी उम्र दे विच ऐसा गाणा बहुत घट लोकां दे हिस्से आउंदा सो मेरे नाल ने स्टूडियो दे विच अज भाई वरिंदर सिंह जी अमृतसर तो इन्हें नाल बहुत सारी गलबात करांगे पर रस्मी तौर पर सब तो पहला मैं जी आखदा साढ़े स्टूडियो दे और प्रोग्राम रौनक मेला दे विच और नाल दी नाल भाई हरजिंदर सिंह जी तुसी अक्सर जदों भी मैं कोई वधिया महफली कलाकार लैके आवां स्टूडियो दे विच एक्चुअली किचनर रहिंदे ने पर मैनूं इस गल दा माण है इन्हां ते इन्हां दी दोस्ती ते इन्हां दे प्यार ते इन्हां दी मुहब्बत ते कि मेरी एक कॉल ते वो आ जाते हैं इन्नी दूरों चल के स्पैशली उदा कारण यह है कि यह भी म्यूजिक नाल रसे हुए होंदे हन जिस कलाकार नूं मैं लिआउणा हुंदा वह कुदरती तौर तों उन्होंने फैन होंदे ने और चाह दे नाल ही दौड़े आउंदे ने एक म्यूजिकल खिच हुंदी है सो तुहाडा भी बहुत बहुत स्वागत करदा अज फिर स्टूडियो दे विच सो भाई वरिंदर सिंह जी तुहाडे नाल गल्लबात शुरू करदे आ सब तो पहला तो मैं तुहानूं बहुत बहुत ਤੁਹਾਡਾ ਧੰਨਵਾਦ ਕਰਾਂ ਕਿ ਤੁਸੀਂ ਇਸ ਉਮਰ ਦੇ ਵਿੱਚ ਸੰਗੀਤ ਦੇ ਨਾਲ ਔਰ ਕੀਰਤਨ ਦੇ ਨਾਲ ਜੁੜੇ ਹੋਏ ਹੋ ਕਿਉਂਕਿ ਇਹ ਜਿਹੜੀ ਉਮਰ ਹੈ ਤੁਹਾਡੀ ਅੱਜ ਕੱਲ੍ਹ ਜੋ ਚੱਲ ਰਿਹਾ ਸਿਲਸਿਲਾ ਪੰਜਾਬੀ ਸੰਗੀਤ ਦੇ ਵਿੱਚ ਸਪੈਸ਼ਲੀ ਉਹ ਜਿਹੜੇ ਯੰਗ ਮੁੰਡੇ ਕੁੜੀਆਂ ਉਹ ਤਾਂ ਕਿਸੇ ਹੋਰ ਪਾਸੇ ਲੱਗੇ ਹੋਏ ਨੇ ਔਰ ਤੁਸੀਂ ਐਸਾ ਸੋਹਣਾ ਕੰਮ ਕਰ ਰਹੇ ਹੋ ਰੱਬ ਦੇ ਨਾਲ ਜੁੜੇ ਹੋਏ ਹੋ ਔਰ ਉਹ ਰੱਬ ਦੇ ਨਾਲ ਵੀ ਇੰਨਾ ਸੁਰੀਲਾ ਕੰਮ ਸੋ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਇਸ ਵਾਸਤੇ ਔਰ ਸਵਾਲ ਮੇਰਾ ਇਹ ਹੈ ਕਿ ਤੁਹਾਨੂੰ ਇਹ ਚੇਟੇ ਕਿਵੇਂ ਪਏ ਤੁਹਾਡੇ ਪਰਿਵਾਰ ਦੇ ਵਿੱਚ ਵੀ ਕੋਈ ਮਿਊਜ਼ਿਕ ਨਾਲ ਰਿਲੇਟਡ ਸੀ ਜਾਂ ਕੀਰਤਨ ਨਾਲ ਰਿਲੇਟਡ ਸੀ ਜਾਂ ਤੁਸੀਂ ਇਹ ਲੋਰੀ ਤੋਰੀ ਕਰਦੀ ਜੀ ਗੱਲ ਇਸ ਤਰ੍ਹਾਂ ਜੀ ਮੇਰੇ ਨਾਲ ਫਾਦਰ ਜੀ ਗੁਰਦੁਆਰੇ ਵਿੱਚ ਗ੍ਰੰਥੀ ਸੀ ਜੀ ਅਤੇ ਉਹ ਬਚਪਨ ਤੋਂ ਹੀ ਉਹਨਾਂ ਨੂੰ ਵੀ ਕੀਰਤਨ ਕਰਨਾ ਆਉਂਦਾ ਸੀ ਕਿਉਂਕਿ ਗ੍ਰੰਥੀ ਸੀ ਅਤੇ ਉਹਨਾਂ ਨੇ ਦੋ ਸ਼ਬਦ ਮੈਨੂੰ ਸਿਖਾਏ ਬਚਪਨ 'ਚ ਅਤੇ ਉਹ ਦੋ ਸ਼ਬਦ ਹਾਲੇ ਵੀ ਯਾਦ ਨੇ ਬਟ ਉਹਨਾਂ ਦੇ ਜਿੱਦਾਂ ਕਹਿ ਲਓ ਵੀ ਫੈਮਿਲੀ ਦੇ ਵਿੱਚ ਹੀ ਸਾਡੇ ਨਾ ਇਹ ਕੀਰਤਨ ਦੀ ਦਾਤ ਹੁੰਦੀ ਵਾਹ ਉਹ ਦੋ ਸ਼ਬਦ ਤੁਹਾਡੇ ਕੋਲ ਜ਼ਰੂਰ ਸੁਣਾਂਗੇ ਜਿਹੜੇ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਸਿਖਾਏ ਸਨ ਪਰ ਕਿਉਂਕਿ ਤੁਸੀਂ ਤੁਹਾਡੇ ਪਿਤਾ ਜੀ ਇਸ ਲਾਈਨ ਦੇ ਵਿੱਚ ਸਨ ਪਰ ਜਿਵੇਂ ਕਹਿੰਦੇ ਨੇ ਕਿ ਗੁਰੂ ਬਿਨਾਂ ਗਤ ਨਹੀਂ ਸ਼ਾਹ ਬਿਨਾਂ ਪਤ ਨਹੀਂ ਕਿਉਂਕਿ ਇਹ ਕੰਮ ਮਿਊਜ਼ਿਕ ਦਾ ਹੈ ਇਹਦੇ ਵਿੱਚ ਸਿੱਖਣਾ ਬੜਾ ਜ਼ਰੂਰੀ ਹੁੰਦਾ ਅੱਜ ਕੱਲ੍ਹ ਤਾਂ ਵੈਸੇ ਸਾਰਾ ਕੁਛ ਚੇਂਜ ਹੋ ਗਿਆ ਔਨਲਾਈਨ ਵੀ ਬੜਾ ਕੁਛ ਲੋਕ ਸਿੱਖਦੇ ਨੇ ਉਸਤਾਦਿਆਂ ਦੇ ਮਾਇਨੇ ਐਕਚੁਅਲੀ ਬਦਲਦੇ ਜਾਂਦੇ ਨੇ ਪਰ ਫਿਰ ਵੀ ਤੁਸੀਂ ਬਕਾਇਦਾ ਕਿਸੇ ਕੋਲੋਂ ਸਿੱਖ ਰਹੇ ਹੋ ਜਾਂ ਆਪਣੇ ਤੌਰ 'ਤੇ ਮਿਹਨਤ ਨਹੀਂ ਜੀ ਅਸੀਂ ਸਿੱਖਿਆ ਨਹੀਂ ਜੀ ਮੈਂ ਇਹ ਸਮਝਦਾ ਕਿ ਗੁਰੂ ਨੇ ਗੋਡ ਗਿਫਟ ਬਖਸ਼ਿਆ ਅਤੇ ਗੁਰੂ ਨੇ ਦਾਤ ਬਖਸ਼ੀ ਅਸੀਂ ਸ਼ੁਕਰਾਨਾ ਕਰਦੇ ਹਾਂ ਜੀ ਚਲੋ ਗੁਰੂ ਮਹਾਰਾਜ ਨੇ ਦਾਤ ਬਖਸ਼ੀ ਆ ਜੀ ਕਿਉਂਕਿ ਮੈਂ ਸਿੱਖਿਆ ਨਹੀਂ ਜੀ ਕਿਸੇ ਨੂੰ ਅਤੇ ਕੈਨੇਡਾ ਤੁਸੀਂ ਪਹਿਲੀ ਵਾਰੀ ਆਏ ਹਾਂਜੀ ਜੀ ਸੈਕਿੰਡ ਟਾਈਮ ਆਇਆ ਫਸਟ ਵਾਰੀ ਮੈਂ ਸਰੀ ਗਿਆ ਸੀ ਅੱਛਾ ਅੱਛਾ ਹਾਂਜੀ ਕੈਨੇਡਾ ਤੋਂ ਇਲਾਵਾ ਹੋਰ ਕਿੱਥੇ ਕਿੱਥੇ ਤੁਸੀਂ ਜਾ ਚੁੱਕੇ ਹੋ ਜੀ ਇੰਡੀਆ 'ਚ ਹੀ ਹੈ ਜੀ ਅੱਛਾ ਅੱਛਾ ਵੈਰੀ ਗੁੱਡ ਸੋ ਤੁਸੀਂ ਕੀਰਤਨ ਦੇ ਨਾਲ ਸ਼ੁਰੂ ਤੋਂ ਕੀਰਤਨ ਹੀ ਕੀਤਾ ਜਾਂ ਤੁਸੀਂ ਪਹਿਲਾਂ ਕੁਛ ਹੋਰ ਵੈਸੇ ਮਿਊਜ਼ਿਕ ਕੁਛ ਗਾਣੇ ਗੁਣੇ ਗਾਉਂਦੇ ਹੁੰਦੇ ਸੀ ਜਾਂ ਫਿਰ ਤੁਹਾਡਾ ਫਿਊਚਰ ਪਲਾਨ ਕੀ ਹੈ ਨਹੀਂ ਜੀ ਸ਼ੁਰੂ ਤੋਂ ਹੀ ਨਾ ਜਿੱਦਾਂ ਬਚਪਨ ਤੋਂ ਹੀ ਇਸੇ ਲਗਨ ਦੇ ਵਿੱਚ ਹੀ ਜਿੱਦਾਂ ਕਹਿ ਲਓ ਕਿ ਗੁਰੂ ਨੇ ਇਸੇ ਲਗਨ ਦੇ ਵਿੱਚ ਹੀ ਰੱਖਿਆ ਵਾਹ ਅਤੇ ਅਸੀਂ ਉਸੇ ਭਾਣੇ ਨੂੰ ਮੰਨ ਕੇ ਅਸੀਂ ਇਹੋ ਦਾਤ ਮਤਲਬ ਬਹੁਤ ਖੁਸ਼ ਹਾਂ ਜੀ ਅਸੀਂ
ਅੱਜ ਕੱਲ੍ਹ ਹਰ ਚੀਜ਼ ਕਮਰਸ਼ੀਅਲ ਹੋ ਗਈ ਹੈ, ਸੰਗੀਤ ਬਹੁਤਾ ਹੀ ਕਮਰਸ਼ੀਅਲ ਹੋ ਗਿਆ, ਪਰ ਜਿਹੜੀ ਸਾਡੀ ਬਾਣੀ ਆ ਇਹ ਰਾਗਾਂ ਦੇ ਆਧਾਰਿਤ ਹੈ। ਜਿੰਨੀ ਵੀ ਬਾਣੀ ਲਿਖੀ ਗਈ ਰਾਗਾਂ ਦੇ ਆਧਾਰਿਤ, ਰਾਗਾਂ ਨੂੰ ਹਰੇਕ ਸ਼ਬਦ ਨੂੰ ਰਾਗਾਂ 'ਤੇ ਉਹਨਾਂ ਨੇ ਔਲਰੇਡੀ ਲਿਖਿਆ ਹੋਇਆ। ਪਰ ਅੱਜ ਕੱਲ੍ਹ ਕਿਉਂਕਿ ਜਿੰਨੇ ਵੀ ਕੀਰਤਨ ਨਵੇਂ ਜਿਹੜੇ ਮੁੰਡੇ ਕੁੜੀਆਂ ਸਪੈਸ਼ਲੀ ਆ ਰਹੇ ਨੇ ਕੰਪੋਜੀਸ਼ਨਾਂ 'ਤੇ, ਕੋਈ ਫਿਲਮੀ ਗਾਣਿਆਂ 'ਤੇ, ਕੋਈ ਪੰਜਾਬੀ ਗਾਣਿਆਂ 'ਤੇ ਜਾਂ ਫਿਰ ਗਜ਼ਲਾਂ 'ਤੇ, ਉਹ ਆਪਣਾ ਗਾਣਾ ਤਾਂ ਦਿਖਾਉਣਾ ਚਾਹੁੰਦੇ ਨੇ ਔਰ ਸੁਰੀਲੇ ਵੀ ਨੇ ਨੋ ਡਾਊਟ, ਪਰ ਉਹ ਕੀਰਤਨ ਦੀ ਪਰੰਪਰਾ ਨੂੰ ਛੱਡ ਕੇ ਆਪਣੇ ਤਰੀਕੇ ਨਾਲ ਉਹ ਜਿਹੜੀਆਂ ਪਾਪੂਲਰ ਚੀਜ਼ਾਂ ਨੇ ਜਾਂ ਅੱਗੇ ਆਉਣ ਲਈ ਕਮਰਸ਼ੀਅਲ ਤੌਰ 'ਤੇ ਜ਼ਿਆਦਾ ਕੰਮ ਕਰ ਰਹੇ ਨੇ। ਪਰ ਤੁਸੀਂ, ਮੈਂ ਤੁਹਾਡੇ ਸ਼ਬਦ ਸੁਣੇ ਨੇ, ਅੱਛਾ ਗਾ ਰਹੇ ਹੋ, ਪਰ ਫਿਰ ਵੀ ਮੈਨੂੰ ਹੋ ਸਕਦਾ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਨਾ ਹੋਵੇ, ਤੁਸੀਂ ਜਿਹੜੇ ਇਸ ਪਰੰਪਰਾ ਨੂੰ ਜਾਰੀ ਰੱਖਣਾ ਚਾਹੁੰਦੇ ਹੋ ਜਾਂ ਆਪਣੇ ਤਰੀਕੇ ਨਾਲ ਕੰਪੋਜੀਸ਼ਨ ਕਰਦੇ ਹੋ, ਜੋ ਤੁਸੀਂ ਸ਼ਬਦ ਚੁਣਦੇ ਹੋ ਉਹ ਤੁਸੀਂ ਕਿਸ ਤਰੀਕੇ ਨਾਲ ਚੁਣਦੇ ਹੋ ਵੀ ਇਹਨੂੰ ਜਿਸ ਜਿਸ ਰਾਗ ਦੇ ਵਿੱਚ ਲਿਖਿਆ ਉਸ ਤਰੀਕੇ ਨਾਲ ਕੰਪੋਜੀਸ਼ਨ ਕਰੇ ਜਾਂ ਫਿਰ ਤੁਹਾਡੇ ਆਪਣੇ ਜਿਹਨ ਨੂੰ ਯੂਜ਼ ਕਰਦੇ ਹੋ? ਜੀ ਦੇਖੋ, ਜਿੱਦਾਂ ਅਸੀਂ ਕੋਈ ਵੀ ਕੰਪੋਜੀਸ਼ਨ ਬਣਾਉਣੀ ਹੁੰਦੀ ਹੈ, ਅਸੀਂ ਜ਼ਿਆਦਾਤਰ ਤਾਂ ਆਪਣੇ ਢੰਗ ਦੇ ਨਾਲ ਹੀ ਬਣਾਉਂਦੇ ਹਾਂ। ਹਾਂਜੀ, ਵੀ ਇਹਨੂੰ ਹੋਰ ਵਧੀਆ ਤੋਂ ਵਧੀਆ ਲੋਕਾਂ ਨੂੰ ਸੁਣਾਇਆ ਜਾਵੇ, ਸੰਗਤ ਨੂੰ ਸੁਣਾਇਆ ਜਾਵੇ ਅਤੇ ਸਾਨੂੰ ਸੰਗਤ ਦਾ ਪਿਆਰ ਮਿਲ ਸਕੇ, ਕਿਉਂ ਆਪਣੇ ਤਰੀਕੇ ਦੇ ਨਾਲ ਅਸੀਂ ਕੰਪੋਜੀਸ਼ਨਾਂ ਤਿਆਰ ਕਰਦੇ ਹਾਂ। ਤੁਸੀਂ ਕਿਹਾ ਸੀ ਕਿ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਛੋਟੀ ਉਮਰ ਦੇ ਵਿੱਚ ਦੋ ਸ਼ਬਦ ਕਰਾਏ ਸੀ, ਮੈਂ ਚਾਹੁੰਦਾ ਕਿ ਉਹ ਤੁਹਾਨੂੰ ਇੱਕ ਤਾਂ ਤੁਹਾਡਾ ਸਮਾਂ ਉਹ ਯਾਦ ਕਰਾਵਾਂ, ਤੁਹਾਡੇ ਪਿਤਾ ਦੇ ਜਿਹੜਾ ਬਚਪਨ ਦੇ ਵਿੱਚ ਤੁਹਾਨੂੰ ਸਿਖਾਈਆਂ ਉਹ ਤੁਹਾਨੂੰ ਵੀ ਯਾਦ ਆਏਗਾ, ਔਰ ਮੈਂ ਚਾਹੁੰਦਾ ਜੇ ਤੁਹਾਨੂੰ ਯਾਦ ਹੋਵੇ ਤਾਂ ਜਿੰਨਾ ਵੀ ਥੋੜ੍ਹਾ ਜਿਹਾ ਸ਼ਬਦ ਤੁਹਾਨੂੰ ਯਾਦ ਹੈ ਪਲੀਜ਼ ਤੁਹਾਡੇ। ਚਰਨ ਚਲੋ ਚਰਨ ਚਲੋ ਚਰਨ ਚਲੋ ਚਰਨ ਚਲੋ ਚਲੋ ਮਾਰਗ ਗੋਬਿੰਦ ਚਲੋ ਮਾਰਗ ਗੋਬਿੰਦ ਚਰਨ ਚਲੋ ਚਰਨ ਚਲੋ ਚਰਨ ਚਲੋ ਚਰਨ ਚਲੋ। ਭਾਈ ਵਰਿੰਦਰ ਸਿੰਘ ਜੀ, ਅੱਜ ਕੱਲ੍ਹ ਕਿਉਂਕਿ ਤੁਸੀਂ ਖੂਬਸੂਰਤ ਵੀ ਹੋ, ਛੋਟੀ ਉਮਰ ਹੈ ਤੁਹਾਡੀ, ਔਰ ਅੱਜ ਕੱਲ੍ਹ ਟ੍ਰੈਂਡ ਹੋਰ ਤਰ੍ਹਾਂ ਦਾ ਹੋ ਗਿਆ, ਹਰ ਬੰਦਾ ਰਾਤੋਂ ਰਾਤ ਸਟਾਰ ਬਣਨਾ ਚਾਹੁੰਦਾ, ਔਰ ਬਹੁਤ ਸਾਰੇ ਜਿਹੜੇ ਕੀਰਤਨ ਕਰਦੇ ਸੀ, ਮੈਂ ਤੁਹਾਨੂੰ ਸਵਾਲ ਇਸ ਕਰਕੇ ਪੁੱਛ ਰਿਹਾ ਕਿ ਮੇਰੀ ਜਾਣਕਾਰੀ ਦੇ ਵਿੱਚ ਵੀ ਬਹੁਤ ਸਾਰੇ ਕੀਰਤਨ ਕਰਦੇ ਸਨ ਮੁੰਡੇ, ਉਹਨਾਂ ਨੇ ਵਾਲ ਛਾਲ ਕਟਾ ਕੇ ਅਤੇ ਟੋਟਲੀ ਉਹਨਾਂ ਨੇ ਕਮਰਸ਼ੀਅਲ ਜਿਹਾ ਗਾਣਾ ਸ਼ੁਰੂ ਕਰ ਲਿਆ, ਕਿ ਤੁਹਾਡੇ ਵੀ ਕਦੇ ਮਨ ਦੇ ਵਿੱਚ ਆਉਂਦਾ ਕਿ ਯਾਰ ਮੈਂ ਕੁਛ ਇਹੋ ਜਿਹਾ ਕਰਾਂ? ਨਹੀਂ ਜੀ, ਦੇਖੋ ਜਿੱਦਾਂ ਬਚਪਨ ਦੇ ਵਿੱਚ ਹੀ ਮੈਨੂੰ ਕੀਰਤਨ ਦੀ ਦਾਤ ਮਿਲੀ ਅਤੇ ਉਹ ਮੈਂ ਕਦੇ ਵੀ ਵਿਸਾਰਨਾ ਨਹੀਂ ਚਾਹੁੰਦਾ, ਕਿਉਂਕਿ ਮੈਨੂੰ ਬਹੁਤ ਹੀ ਲਗਨ ਵੀ ਲਗਨ ਕਹਿ ਲਓ ਅਤੇ ਮੇਰਾ ਬਹੁਤ ਮਿਊਜ਼ਿਕ ਦੇ ਨਾਲ ਇਸ ਕਰਕੇ ਪਿਆਰ ਮੇਰਾ ਵਧਿਆ, ਕਿਉਂਕਿ ਮੈਂ ਗੁਰਬਾਣੀ ਪੜ੍ਹਦਾ ਅਤੇ ਜ਼ਿਆਦਾ ਅਸੀਂ ਮਤਲਬ ਕਿ ਪਰਿਵਾਰ ਪੱਖੋਂ ਕਦੇ ਸੋਚਿਆ ਨਹੀਂ ਵੀ ਸਾਡਾ ਗੁਜ਼ਾਰਾ ਚੱਲ ਸਕੇਗਾ, ਕਿਉਂਕਿ ਅਸੀਂ ਗੁਰੂ ਦੇ ਭਾਣੇ ਦੇ ਵਿੱਚ ਰਹਿੰਦੇ ਹਾਂ ਜੀ, ਜਦੋਂ ਉਹਨੇ ਦਾਤ ਬਖਸ਼ੀ ਆ ਅਤੇ ਉਹਨੇ ਆਪੇ ਸਭ ਕੁਛ ਕਰ ਦੇਣਾ, ਅਸੀਂ ਕੁਝ ਨਹੀਂ ਮਤਲਬ ਕਿ ਉਹਨਾਂ ਵਾਂਗ ਨਹੀਂ ਸੋਚਦੇ। ਵਾਹ, ਬਿਲਕੁਲ, ਇਹ ਐਕਚੁਲੀ ਲਗਨ ਦੀ ਗੱਲ ਹੈ, ਕਿਉਂਕਿ ਜੋ ਤੁਹਾਡੀ ਲਗਨ ਇਹੋ ਜਿਹੀ ਹੈ ਕਿ ਤੁਸੀਂ ਕਹਿੰਦੇ ਵੀ ਜੋ ਵੀ ਪਰਮਾਤਮਾ ਦਵੇ ਉਹਦੇ 'ਚ ਖੁਸ਼ ਹਾਂ, ਪਰ ਇਸ ਕੰਮ ਨਾਲ ਜੁੜੇ ਰਹਿਣਾ। ਠੀਕ, ਸੋ ਤੁਸੀਂ ਕੀਰਤਨ ਦੇ ਵਿੱਚ ਤੁਹਾਡੇ ਪਸੰਦੀਦਾ, ਤੁਸੀਂ ਕਿਹਨਾਂ ਦੇ ਕਿਹੜੇ ਤੁਹਾਡੇ ਪ੍ਰੇਰਨਾ ਸਰੋਤ ਨੇ ਜਿਹਨਾਂ ਨੂੰ ਤੁਸੀਂ ਸੁਣਦੇ ਹੋ? ਜੀ, ਮੈਂ ਬਚਪਨ ਤੋਂ ਸੁਣਦਾ ਰਿਹਾ ਸੀ ਭਾਈ ਮਹਿਤਾਬ ਸਿੰਘ ਜਲੰਧਰ ਵਾਲੇ। ਵਾਹ। ਹਾਂਜੀ, ਉਸ ਤੋਂ ਬਾਅਦ ਭਾਈ ਸਤਵਿੰਦਰ ਸਿੰਘ, ਹਰਵਿੰਦਰ ਸਿੰਘ ਦਿੱਲੀ ਵਾਲੇ। ਤੁਹਾਡਾ ਮੇਰੇ ਵਾਲੇ ਟੇਸਟ ਆ। ਹਾਂਜੀ, ਵੈਰੀ ਗੁੱਡ। ਸੋ ਤੁਸੀਂ ਵੈਸੇ ਕਮਰਸ਼ੀਅਲ ਗਾਣਾ ਤਾਂ ਸੁਣਦੇ ਹੀ ਹੋ ਨਾ? ਹਾਂਜੀ ਜੀ। ਵੈਸੇ ਤੁਹਾਡੇ ਪਸੰਦੀਦੇ ਕਲਾਕਾਰ ਕੌਣ ਨੇ ਜੇ ਗਜ਼ਲ ਦੀ ਗੱਲ ਕਰੀਏ? ਸਿਕੰਦਰ ਜੀ ਨੇ ਜੀ। ਸੋ ਦੋਸਤੋ, ਅੱਜ ਭਾਈ ਵਰਿੰਦਰ ਸਿੰਘ ਜੀ ਸਟੂਡੀਓ ਦੇ ਵਿੱਚ ਮੇਰੇ ਨਾਲ ਨੇ, ਇਹਨਾਂ ਨਾਲ ਅਸੀਂ ਥੋੜ੍ਹੀ ਬਹੁਤੀ ਗੱਲਬਾਤ ਕਰਾਂਗੇ। ਐਕਚੁਅਲੀ ਮੈਂ ਬਹੁਤ ਸਾਰੇ ਇੰਟਰਵਿਊਜ਼ ਕੀਤੀਆਂ ਨੇ ਕਿਸੇ ਕੀਰਤਨੀ ਜਥੇ ਦੀ ਜਾਂ ਕੀਰਤਨ ਕਰਨ ਵਾਲੇ ਕਿਸੇ ਗ੍ਰੰਥੀ ਦੀ, ਮੈਂ ਇਹ ਪਹਿਲੀ ਵਾਰੀ ਇੰਟਰਵਿਊ ਕਰ ਰਿਹਾ, ਕਿਉਂਕਿ ਇਹ ਟੋਟਲੀ ਬੜਾ ਡਰ ਡਰ ਕੇ ਕੰਮ ਕਰਨ ਵਾਲਾ ਹੁੰਦਾ, ਪਰ ਮੈਨੂੰ ਕੋਲ ਬਹੁਤ ਸਾਰੇ ਹੋਰ ਵੀ ਇੰਟਰਵਿਊ ਕਰਨੇ ਨੇ ਮੇਰੇ ਕੋਲ ਲਾਈਨ ਦੇ ਵਿੱਚ ਨੇ ਕੀਰਤਨ ਕਰਨ ਵਾਲੇ, ਮੈਂ ਥੋੜ੍ਹੀ ਜਿਹੀ ਤਿਆਰੀ ਕਰਕੇ ਜ਼ਰੂਰ ਆਇਆ ਕਰਾਂਗਾ, ਪਰ ਮੈਂ ਚਾਹੁੰਦਾ ਕਿ ਇਹਨਾਂ ਕੋਲ ਇੱਕ ਸ਼ਬਦ ਜਿਹੜਾ ਵੀ ਤੁਹਾਨੂੰ ਹੋਰ ਚੰਗਾ ਲੱਗਦਾ ਪਲੀਜ਼। ਠੀਕ ਹੈ। ਹੋਰੇ ਹੈ ਨਾ ਸਕਾ ਬਿਨ ਦੇਖੇ ਪ੍ਰੀਤਮਾ, ਹੋਰੇ ਹੈ ਨਾ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਮੈਂ ਚੱਲੇ ਜਿਓ, ਮੈਂ ਨੀਰ ਵਹੇ ਮੈਂ ਚੱਲੇ ਜਿਓ, ਹੋਰੇ ਹੈ ਨਾ ਸਕਾ
ਤੁਸੀਂ ਫਿਰ ਕੀਰਤਨ ਸਿਖਾਉਂਦੇ ਵੀ ਹੋ ਬੱਚਿਆਂ ਨੂੰ? ਨਹੀਂ ਜੀ, ਮੈਂ ਤੁਹਾਨੂੰ ਦੱਸਿਆ ਸੀ ਅੱਗੇ, ਮੈਂ ਕੀਰਤਨ ਸਿੱਖਿਆ ਨਹੀਂ, ਜਿੱਦਾਂ ਗੁਰੂ ਦਾ ਗੋਡ ਗਿਫਟ ਹੀ ਆ ਬਖਸ਼ਿਆ। ਅਤੇ ਉਹ ਜਦੋਂ ਅਸੀਂ ਪਹਿਲੀ ਸੀਡੀ ਕਰਾਈ ਜਪ ਜਪ ਜੀਵਾਂ ਸਤਿਗੁਰੂ ਨਾਮ, ਅਤੇ ਸੰਗਤ ਵੱਲੋਂ ਬਹੁਤ ਪਿਆਰ ਆਇਆ, ਅਤੇ ਫਿਰ ਮਨ ਵਿੱਚ ਕੁਆਇਸ਼ ਸੀ ਵੀ ਹੋਰ ਕਰਵਾਈ। ਅਤੇ ਉਸ ਆਪਣਾ ਗੋਡ ਗਿਫਟ ਹੀ ਆ ਜੀ, ਸਿਖਾਉਣ ਦਾ ਜਿੱਦਾਂ ਨਹੀਂ ਹੈ। ਜਿੱਦਾਂ ਤੁਸੀਂ ਇਸ ਉਮਰ ਦੇ ਵਿੱਚ ਇਸ ਕੰਮ ਦੇ ਨਾਲ ਜੁੜ ਚੁੱਕੇ ਹੋ, ਤੁਸੀਂ ਤੁਹਾਡੀ ਉਮਰ ਦੇ ਬੱਚਿਆਂ ਨੂੰ, ਮੁੰਡੇ ਕੁੜੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਮੈਂ ਜੀ ਇਹੋ ਦੇਣਾ ਚਾਹੂੰਗਾ ਸੰਦੇਸ਼ ਵੀ ਜਿਹੜੇ ਆਪਾਂ ਗਲਤ ਕੰਮ ਜਾਂ ਕਰਦੇ ਹਾਂ ਕੋਈ ਵੀ ਆਣਾ ਕਿਸੇ ਪੱਖੋਂ ਵੀ, ਉਹਨੂੰ ਆਪਾਂ ਛੱਡ ਕੇ, ਸਭ ਤੋਂ ਵੱਡੀ ਗੱਲ ਆ ਜੀ, ਜਿਹਨੇ ਆਪਾਂ ਨੂੰ ਜੀਵਨ ਦਿੱਤਾ ਅਸੀਂ ਉਹਦੇ ਭਾਣੇ ਵਿੱਚ ਰਹੀਏ। ਕੋਈ ਵੀ ਆਪਾਂ ਗਲਤ ਕੰਮ ਕਰਨ ਤੋਂ ਪਹਿਲਾਂ ਉਹਨੂੰ 100 ਵਾਰ ਸੋਚੀਏ। ਮੇਰੇ 'ਤੇ ਇਹੋ ਮੇਰਾ ਖਿਆਲ ਆ ਜੀ, ਤੁਸੀਂ ਵੱਧ ਤੋਂ ਵੱਧ ਜੇ ਮਿਊਜ਼ਿਕ ਵਾਲੇ ਬੰਨੇ ਆਉਂਦੇ ਹੋ ਮਿਊਜ਼ਿਕ ਵਾਲੇ ਬੰਨੇ ਆਓ, ਜੇ ਰੱਬ ਨੂੰ ਮੰਨਦੇ ਹੋ ਤਾਂ ਚੰਗੀ ਤਰ੍ਹਾਂ ਮੰਨੋ, ਅਤੇ ਰੱਬ ਤੁਹਾਡਾ ਭਲਾ ਕਰੇਗਾ ਸਾਰਿਆਂ ਨੂੰ। ਵਾਹ, ਤੁਹਾਨੂੰ ਲੱਗਦਾ ਕਿ ਕੀਰਤਨ ਜਿਹੜਾ ਕੀਰਤਨ, ਕਿਉਂਕਿ ਅੱਜ ਕੱਲ੍ਹ ਮੈਂ ਟੈਲੀਵਿਜ਼ਨ ਅਤੇ ਰਿਐਲਿਟੀ ਸ਼ੋਅ ਵਿੱਚ ਅੱਜ ਕੱਲ੍ਹ ਚੱਲ ਪਏ ਨੇ ਕੀਰਤਨ ਦੇ ਕੰਪੀਟੀਸ਼ਨ, ਪਰ ਫਿਰ ਵੀ ਤੁਹਾਨੂੰ ਲੱਗਦਾ ਕਿ ਕੋਈ ਕੁਛ ਨਾ ਕੁਛ ਇਹੋ ਜਿਹਾ ਸੰਸਥਾਵਾਂ ਗੌਰਮੈਂਟ, ਕਿਉਂਕਿ ਮੈਨੂੰ ਇੱਥੇ ਕਹਿਣ ਰਹੇ ਨੂੰ ਕਾਫੀ ਦੇਰ ਹੋ ਗਈ, ਕਿ ਪੰਜਾਬ ਗੌਰਮੈਂਟ ਵੱਲੋਂ ਕੁਛ ਇਹੋ ਜਿਹੀਆਂ ਸੰਸਥਾਵਾਂ ਕੋਈ ਬਣੀਆਂ ਨੇ ਔਰਗਨਾਈਜੇਸ਼ਨ, ਕਿ ਜਿੱਥੇ ਕੀਰਤਨ ਦੀ ਕੋਈ ਸਿਖਲਾਈ ਦਿੱਤੀ ਜਾਵੇ ਜਾਂ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਵੇ ਕਿ ਕੀਰਤਨ ਵੱਲ ਆਓ? ਜੀ ਜਿੱਦਾਂ ਆਪਣੇ ਤੁਹਾਨੂੰ ਪਤਾ ਹੀ ਆ ਵੀ ਇੰਡੀਆ ਦੇ ਵਿੱਚ ਵੱਖ ਵੱਖ ਅਕੈਡਮੀਆਂ ਵੀ ਬਣੀਆਂ, ਜਿਹੜਾ ਕੋਈ ਸਿੱਖਣ ਦਾ ਉਪਾਸ਼ਕ ਹੋਵੇ ਉਹ ਸਿੱਖ ਸਕਦਾ ਹੈ। ਨਹੀਂ ਉਹ ਤਾਂ ਪ੍ਰਾਈਵੇਟ ਤਾਂ ਬਹੁਤ ਲੋਕਾਂ ਨੇ ਬਣਾਏ ਨੇ, ਆਪਣਾ ਆਪਣਾ ਰੁਜ਼ਗਾਰ ਸਾਰਿਆਂ ਨੇ ਬਣਾਇਆ ਹੋਇਆ ਅਕੈਡਮੀਆਂ ਬਣਾ ਕੇ। ਮੈਂ ਗੱਲ ਕਰਾਂ ਕਿ ਪੰਜਾਬ ਗਵਰਨਮੈਂਟ ਵੱਲੋਂ ਵੀ ਕੋਈ ਇਹੋ ਜਿਹੇ ਉਪਰਾਲੇ ਕੀਤੇ ਜਾਂਦੇ ਕਿ ਬੱਚਿਆਂ ਨੂੰ ਇੱਧਰ ਲਾਇਆ ਜਾਵੇ? ਨਹੀਂ ਜੀ ਨਹੀਂ, ਮੇਰੇ ਤੁਹਾਡੀ ਜਾਣਕਾਰੀ 'ਚ ਨਹੀਂ ਹੈ। ਹਾਂਜੀ, ਪਰ ਮੇਰਾ ਖਿਆਲ ਹੈ ਕਿ ਹੋਣਾ ਚਾਹੀਦਾ ਇਹੋ ਜਿਹਾ ਕੋਈ ਸਿਲਸਿਲਾ, ਕਿ ਕਿਉਂਕਿ ਜਿਹੜੇ ਬੱਚੇ ਨੇ ਨੌਜਵਾਨ ਅੱਜ ਕੱਲ੍ਹ ਪੰਜਾਬ ਜਾਂਦਿਆਂ ਡਰ ਲੱਗਦਾ, ਜੋ ਹਾਲਾਤ ਨੇ ਪੰਜਾਬ ਦੇ ਹੋ ਗਏ। ਅਤੇ ਕਈ ਵਾਰੀ ਅਸੀਂ ਪਹਿਲਾਂ ਮੈਂ ਸੋਚਦਾ ਹੁੰਦਾ ਯਾਰ ਕਿੱਥੇ ਆ ਫਸੇ ਕੈਨੇਡਾ ਵਰਗੇ ਮੁਲਕ ਵਿੱਚ, ਆਪਣਾ ਪੰਜਾਬ ਛੱਡ ਕੇ, ਆਪਣਾ ਪਿੰਡ ਛੱਡ ਕੇ। ਪਰ ਜੋ ਹੁਣ ਪੰਜਾਬ ਦੇ ਹਾਲਾਤ ਆ, ਜਿਸ ਪਾਸੇ ਸਾਡੇ ਨੌਜਵਾਨ ਮੁੰਡੇ ਕੁੜੀਆਂ ਹੋ ਗਏ ਨੇ, ਉਹ ਹੁਣ ਸ਼ੁਕਰਗੁਜ਼ਾਰ ਹੋਈਦਾ ਵੀ ਸ਼ੁਕਰ ਆ ਮਾਲਕ ਅਸੀਂ ਉੱਥੋਂ ਆ ਗਏ ਹਾਂ, ਸਾਡੇ ਬੱਚੇ ਇੱਥੇ ਪਲੇ ਹੋਏ ਨੇ, ਥੋੜ੍ਹਾ ਬਹੁਤਾ ਉਹਨਾਂ ਨੂੰ ਇੱਥੇ ਦੇ ਸਿਸਟਮ ਦੇ ਨਾਲ ਉਹ ਜੁੜ ਚੁੱਕੇ ਨੇ। ਸੋ ਕਿਉਂਕਿ ਉੱਥੇ ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਜਦੋਂ ਵੀ ਅਸੀਂ ਜਾਂਦੇ ਹਾਂ, ਸਭ ਤੋਂ ਜ਼ਿਆਦਾ ਟੈਨਸ਼ਨ ਇਹੀ ਹੁੰਦੀ ਲੋਕਾਂ ਵੱਲ ਦੇਖ ਕੇ। ਮੈਂ ਬਹੁਤ ਘਬਰਾਉਣਾ ਲੋਕਾਂ ਦੇਖ ਕੇ, ਜਿਹੜੇ ਮੁੰਡੇ ਕੁੜੀਆਂ ਜਵਾਨ ਮੋਬਾਈਲ ਫੋਨ ਤੋਂ ਇਲਾਵਾ ਉਹਨਾਂ ਨੂੰ ਕੋਈ ਕੰਮ ਹੀ ਨਹੀਂ ਆ। ਬਿਲਕੁਲ। ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਕੁਛ ਨਾ ਕੁਛ ਪੰਜਾਬ ਗੌਰਮੈਂਟ ਇਹੋ ਜਿਹੇ ਉਪਰਾਲੇ ਹੋਣੇ ਚਾਹੀਦੇ ਆ, ਜਿਹਦੇ ਵਿੱਚ ਕਮ ਸੇ ਕਮ ਬੰਦਾ ਆਪਣੇ ਰੁਜ਼ਗਾਰ ਵੀ ਚਲਾਵੇ ਅਤੇ ਰੱਬ ਦੇ ਨਾਲ ਵੀ ਜੁੜਿਆ ਰਹੇ। ਬਿਲਕੁਲ ਹੋਣੇ ਚਾਹੀਦੇ ਜੀ, ਬਿਲਕੁਲ। ਪਰ ਮੈਂ ਜ਼ਿਆਦਾ, ਮੈਨੂੰ ਨਹੀਂ ਪਤਾ ਕਿਉਂਕਿ ਮੈਂ ਜ਼ਿਆਦਾ ਨੌਲੇਜ, ਇੰਨੀ ਨੌਲੇਜ ਵੀ ਨਹੀਂ ਰੱਖਦਾ। ਅਤੇ ਬਾਕੀ ਤੁਸੀਂ ਹੁਣ ਇੱਥੇ 5-6 ਮਹੀਨੇ ਮੇਰੇ ਖਿਆਲ ਰਹੋਗੇ। ਹਾਂਜੀ, ਸਤੰਬਰ ਤੱਕ। ਜੇਕਰ ਸਾਡੇ ਇੱਥੇ ਕੈਨੇਡਾ ਦੇ ਵਿੱਚ, ਟਰਾਂਟੋ ਦੇ ਵਿੱਚ ਕੁਛ ਇੱਕ ਬੱਚੇ ਕੀਰਤਨ ਸਿੱਖਣਾ ਚਾਹੁੰਦੇ, ਤੁਹਾਡੇ ਕੋਲੋਂ ਸਿਖਲਾਈ ਲੈਣਾ ਚਾਹੁੰਦੇ, ਕੀ ਤੁਸੀਂ ਉਹਨਾਂ ਨੂੰ ਸਿਖਲਾਈ ਦੇਣ ਦਾ ਉਪਰਾਲਾ ਕਰ ਸਕਦੇ? ਹਾਂਜੀ ਜੀ, ਹਾਂਜੀ ਜ਼ਰੂਰ ਜੀ। ਸੋ ਤੁਹਾਡਾ ਨੰਬਰ ਮੈਂ ਚਾਹਾਂਗਾ ਤੁਸੀਂ ਆਪ ਦੇ ਦਿਓ ਬੇਸ਼ੱਕ, ਕਿਉਂਕਿ ਅੱਜ ਕੱਲ੍ਹ ਵਟਸਐਪ ਉਹ ਇੰਟਰਨੈਸ਼ਨਲੀ ਹੁੰਦਾ, ਬੇਸ਼ੱਕ ਤੁਹਾਡਾ ਇੰਡੀਆ ਦਾ ਨੰਬਰ ਹੈ, ਤੁਸੀਂ ਇੰਡੀਆ ਦਾ ਨੰਬਰ ਆਪਣਾ ਦੇ ਦਿਓ ਤਾਂ ਕਿ ਤੁਹਾਨੂੰ ਐਡ ਕਰਕੇ ਤੁਹਾਨੂੰ ਗੱਲਬਾਤ। ਮੇਰਾ ਨੰਬਰ ਹੈ ਜੀ 9855567774। ਸੋ ਦੋਸਤੋ, ਇਸ ਨੰਬਰ 'ਤੇ ਤੁਸੀਂ ਇਹਨਾਂ ਨਾਲ ਡਾਇਰੈਕਟ ਗੱਲ ਵੀ ਕਰ ਸਕਦੇ। ਜੇਕਰ ਨੰਬਰ ਤੁਸੀਂ ਨਹੀਂ ਲਿਖ ਸਕੇ ਤਾਂ ਤੁਸੀਂ ਮੇਰੇ ਨੰਬਰ ਤੁਹਾਡੇ ਕੋਲ ਹੁੰਦਾ ਹੀ ਤਕਰੀਬਨ 416-274-1236, 416-272-1236 ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜੇਕਰ ਤੁਸੀਂ, ਤੁਹਾਡੇ ਬੱਚੇ ਕੀਰਤਨ ਦੇ ਸਿੱਖਣ ਦੇ ਸ਼ੌਕੀਨ ਹਨ, ਤਾਂ ਮੈਂ ਬਕਾਇਦਾ ਤੁਹਾਨੂੰ ਇਹਨਾਂ ਦੇ ਨਾਲ ਮਿਲਾ ਦਾਂਗਾ। ਭਾਅ ਜੀ ਹਰਜਿੰਦਰ ਸਿੰਘ ਜੀ ਇਹ ਤਾਂ ਬਕਾਇਦਾ ਇਸ ਕੰਮ ਦੇ ਵਿੱਚ ਨੇ, ਤਬਲਾ ਵੀ ਸਿਖਾਉਂਦੇ ਨੇ ਔਰ ਕੀਰਤਨ ਵੀ ਸਿਖਾਉਂਦੇ ਨੇ, ਹਾਰਮੋਨੀਅਮ ਵੀ ਸਿਖਾਉਂਦੇ ਨੇ। ਔਰ ਵਧੀਆ ਗੱਲ ਇਹ ਹੈ ਕਿ ਅਸੀਂ ਡਿਕਲੇਅਰ ਨਹੀਂ ਅਜੇ ਕੀਤਾ, ਭਾਈ ਜੀ ਹਰਜਿੰਦਰ ਸਿੰਘ ਜੀ ਔਰ ਮੈਂ ਮਿਲ ਕੇ ਇੱਕ ਮਿਊਜ਼ੀਕਲ ਅਕੈਡਮੀ ਵੀ ਖੋਲ੍ਹ ਰਹੇ ਹਾਂ, ਉਹਦੇ ਬਾਰੇ ਵੀ ਤੁਹਾਨੂੰ ਬਹੁਤ ਜਲਦੀ ਜਾਣਕਾਰੀ ਦੇਵਾਂਗੇ। ਸੋ ਜੇਕਰ ਤੁਸੀਂ, ਤੁਹਾਡੇ ਬੱਚੇ ਸਿੱਖਣਾ ਚਾਹੁੰਦੇ ਨੇ ਕੀਰਤਨ, ਵੈਸੇ ਕੀਰਤਨ ਜਾਂ ਸੰਗੀਤ ਸਿੱਖਣ ਦੀ ਕੋਈ ਉਮਰ ਨਹੀਂ ਹੁੰਦੀ, ਜ਼ਰੂਰੀ ਨਹੀਂ ਕਿ ਬੱਚਿਆਂ ਵਾਸਤੇ, ਮੈਂ ਗੱਲ ਕਹਿ ਰਿਹਾ ਕਿਸੇ ਵੀ ਉਮਰ ਦੇ ਤੁਸੀਂ ਹੋ ਇਸ ਕੀਰਤਨ ਦੀ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਹੋ ਜਾਂ ਮਿਊਜ਼ਿਕ ਵੈਸੇ ਹਾਰਮੋਨੀਅਮ ਤਬਲਾ ਸਿੱਖਣਾ ਚਾਹੁੰਦੇ ਹੋ, ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ 416-276-1236, ਤੁਹਾਡਾ ਮੈਸੇਜ ਮੈਂ ਬਕਾਇਦਾ ਇਹਨਾਂ ਤੱਕ ਪਹੁੰਚਾ ਦਾਂਗਾ।
ਸੋ ਦੋਸਤੋ ਪ੍ਰੋਗਰਾਮ ਦਾ ਸਮਾਂ ਅੱਧੇ ਘੰਟੇ ਦਾ ਹੁੰਦਾ ਹੈ। ਅਸੀਂ ਕੋਸ਼ਿਸ਼ ਕੀਤੀ ਕਿ ਇਹਨਾਂ ਦੀ ਪਰਸਨਲ ਜ਼ਿੰਦਗੀ ਬਾਰੇ, ਇਹਨਾਂ ਦੀ ਮਿਊਜ਼ੀਕਲ ਜ਼ਿੰਦਗੀ ਬਾਰੇ ਕਾਫੀ ਕੁਛ ਪੁੱਛਿਆ ਜਾਵੇ, ਔਰ ਇਹਨਾਂ ਕੋਲ ਸ਼ਬਦ ਵੀ ਸੁਣੇ ਨੇ, ਔਰ ਜਾਣ ਤੋਂ ਪਹਿਲਾਂ ਵੀ ਇੱਕ ਸ਼ਬਦ ਤੁਹਾਡੇ ਨਾਲ ਇਹਨਾਂ ਦਾ ਸਾਂਝਾ ਕਰਾਂਗੇ। ਪਰ ਪ੍ਰੋਗਰਾਮ ਦਾ ਸਮਾਂ ਤਕਰੀਬਨ ਸਮਾਪਤ ਹੈ, ਸੋ ਰਸਮੀ ਤੌਰ 'ਤੇ ਮੈਂ ਇਹਨਾਂ ਨੂੰ ਜੀ ਆਇਆਂ ਆਖਿਆ ਸੀ, ਅਤੇ ਹੁਣ ਫਿਰ ਰਸਮੀ ਤੌਰ 'ਤੇ ਹੀ ਇਹਨਾਂ ਤੋਂ ਅਲਵਿਦਾ ਵੀ ਲਵਾਂਗੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਾਈ ਵਰਿੰਦਰ ਸਿੰਘ ਜੀ, ਤੁਸੀਂ ਪ੍ਰੋਗਰਾਮ ਦੇ ਵਿੱਚ ਪਹੁੰਚੇ, ਭਾਈ ਹਰਜਿੰਦਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹਨਾਂ ਨੂੰ ਲੈ ਕੇ ਆਇਓ। ਸੋ ਸਤਿ ਸ਼੍ਰੀ ਅਕਾਲ, ਬੁਲਾ ਦਈਏ ਜੀ ਫਿਰ ਹੁਣ। ਹਾਂਜੀ, ਮੇਰੇ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਵੱਲੋਂ ਵੀ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੇ ਹਫ਼ਤੇ ਸੇਮ ਟਾਈਮ ਸੇਮ ਚੈਨਲ 'ਤੇ ਤੁਹਾਡਾ ਮੁਲਾਕਾਤ ਹੋਵੇਗੀ, ਜਾਂਦੇ ਜਾਂਦੇ ਤੁਹਾਨੂੰ ਇਹਨਾਂ ਦੇ ਹੀ ਇੱਕ ਹੋਰ ਸ਼ਬਦ ਦੇ ਨਾਲ ਛੱਡ ਜਾਂਦੇ ਹਾਂ। ਸਤਿ ਸ਼੍ਰੀ ਅਕਾਲ। ਦਾ